ਗੁਰਦੇਵ ਏਮਨਾਬਾਦ ਤੋਂ ਸਿੱਧੇ ਕਰਤਾਰਪੁਰ ਆ ਗਏ। ਹੁਣ ਤੱਕ ਹਜ਼ੂਰ ਨੇ ਨਵੇਂ ਮਤ ਦਾ ਪ੍ਰਚਾਰ ਬਾਹਰ ਫਿਰ ਕੇ ਕਾਫੀ ਕਰ ਲਿਆ ਸੀ। ਅਗਾਹਾਂ ਗੁਰਦੇਵ ਨੇ ਕਰਤਾਰਪੁਰ ਬੈਠ ਕੇ ਹੀ ਪ੍ਰਚਾਰ ਕਰਨ ਦੀ ਠਾਣੀ। ਕਿਸੇ ਧਰਮ ਵਾਸਤੇ ਕੇਂਦਰੀ ਸਥਾਨ ਦੀ ਬਹੁਤ ਲੋੜ ਹੁੰਦੀ ਹੈ, ਜਿੱਥੇ ਹਾਜ਼ਰ ਹੋ ਕੇ ਸ਼ਰਧਾਲੂ ਮਨ ਦੀ ਪਿਆਸ ਬੁਝਾ ਸਕਣ। ਮਹਾਰਾਜ ਨੇ ਕਰਤਾਰਪੁਰ ਇਸੇ ਵਾਸਤੇ ਵਸਾਇਆ ਸੀ। ਨਵੇਂ ਧਰਮ ਵਾਸਤੇ ਨਵੇਂ ਕੇਂਦਰ ਦੀ ਵੀ ਬਹੁਤ ਲੋੜ ਹੁੰਦੀ ਹੈ। ਗੁਰਦੇਵ ਨੇ ਸੰਤਾਂ ਵਾਲਾ ਭੇਸ ਉਤਾਰ ਕੇ ਗ੍ਰਿਸਤੀਆਂ ਵਾਲੇ ਕੱਪੜੇ ਪਹਿਨ ਲਏ। ਭਾਈ ਗੁਰਦਾਸ ਜੀ ਲਿਖਦੇ ਹਨ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਉਸ ਸਮੇਂ ਇਸ ਵਹਿਮ ਦਾ ਬੜਾ ਜ਼ੋਰ ਸੀ ਕਿ ਧਰਮ ਪ੍ਰਚਾਰ ਕੇਵਲ ਸੰਤ ਹੀ ਕਰ ਸਕਦਾ ਹੈ। ਸੰਤ ਉਸ ਨੂੰ ਸਮਝਿਆ ਜਾਂਦਾ ਸੀ ਜਿਸਨੇ ਭੇਖ ਸਾਧੂਆਂ ਜੋਗੀਆਂ ਵਾਲਾ ਬਣਾਇਆ ਹੋਵੇ। ਗ੍ਰਿਸਤੀ ਧਰਮ ਪ੍ਰਚਾਰ ਕਰਨ ਦੇ ਯੋਗ ਨਹੀਂ ਸੀ ਸਮਝਿਆ ਜਾਂਦਾ। ਗੁਰਦੇਵ ਨੇ ਇਹ ਭਰਮ ਕੱਢਣ ਵਾਸਤੇ ਸਾਧੂ ਭੇਖ ਤਿਆਗ ਕੇ ਗ੍ਰਿਸਤੀਆਂ ਵਾਲੇ ਕੱਪੜੇ ਪਹਿਨ ਲਏ। ਸ਼ਿਵਰਾਤਰੀ ਦੇ ਮੇਲੇ ਉੱਤੇ ਜੋਗੀਆਂ ਨੇ ਇਸ ਗੱਲ ਦਾ ਮਿਹਣਾ ਵੀ ਦਿੱਤਾ ਸੀ ਕਿ ਆਪ ਨੇ ਉਦਾਸੀ ਭੇਖ ਉਤਾਰ ਕੇ ਫਿਰ ਗ੍ਰਿਸਤੀਆਂ ਵਾਲਾ ਲਿਬਾਸ ਕਿਉਂ ਪਹਿਨ ਲਿਆ ਹੈ। ਕੇਵਲ ਕੱਪੜੇ ਹੀ ਨਹੀਂ ਸਨ ਪਹਿਨੇ, ਗੁਰਦੇਵ ਉਸ ਵੇਲੇ ਗ੍ਰਿਸਤੀ ਗੁਰੂ ਵਾਲੇ ਕਰਤਵ ਨਿਭਾ ਰਹੇ ਸਨ। ਆਪ ਬਾਹਰ ਖੇਤਾਂ ਵਿੱਚ ਕੰਮ ਵੀ ਕਰਾਉਂਦੇ ਤੇ ਧਰਮਸਾਲ ਵਿੱਚ ਆਈਆਂ ਸੰਗਤਾਂ ਸਾਹਮਣੇ ਮੰਜੀ ਉੱਤੇ ਬੈਠ ਕੇ ਧਰਮ ਪ੍ਰਚਾਰ ਵੀ ਕਰਦੇ। ਧਰਮ ਚਲਾਉਣ ਵਾਸਤੇ ਉਹਦੀ ਮਰਿਆਦਾ ਕਾਇਮ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਕੁਝ ਮੁੱਢਲੀ ਮਰਿਆਦਾ ਕਾਇਮ ਕੀਤੀ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ, ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਸੰਗਤਾਂ ਮਿਲ ਕੇ ਜਪਜੀ ਸਾਹਿਬ ਤੇ ਆਸਾ ਦੀ ਵਾਰ ਦਾ ਪਾਠ ਕਰਦੀਆਂ, ਫਿਰ ਸੰਗਤਾਂ ਦੇ ਭਰਮ ਨਿਵਾਰਨ ਵਾਸਤੇ ਮਹਾਰਾਜ ਆਪਣੇ ਉੱਤਮ ਵਿਚਾਰ ਦੱਸਦੇ। ਗਿਆਨ ਗੋਸ਼ਟ ਚਰਚਾ, ਕੋਈ ਸ਼ਰਧਾਲੂ ਸਵਾਲ ਕਰਦਾ ਤਾਂ ਮਹਾਰਾਜ ਉਸਦਾ ਸ਼ੰਕਾ ਨਿਵਿਰਤ ਕਰਦੇ। ਸੰਧਿਆ ਵੇਲੇ ਸੋ ਦਰ ਰਹਿ ਰਾਖ ਦਾ ਪਾਠ ਹੁੰਦਾ। ਰਾਤ ਨੂੰ ਬਿਰਾਜਣ ਸਮੇਂ ਕੀਰਤਨ ਸੋਹਿਲਾ ਦੇ ਪਹਿਲੀ ਪਾਤਸ਼ਾਹੀ ਦੇ ਤਿੰਨ ਸ਼ਬਦ ਪੜ੍ਹੇ ਜਾਂਦੇ। ਅੰਮ੍ਰਿਤ ਵੇਲੇ ਦੇ ਦੀਵਾਨ ਤੇ ਰਹਿ ਰਾਸ ਦੇ ਪਾਠ ਪਿੱਛੋਂ ਸੰਗਤ ਮਿਲ ਕੇ ਅਰਦਾਸ ਕਰਦੀ, ਜੋ ਸਦਾ ਖੜੇ ਹੋ ਕੇ ਕੀਤੀ ਜਾਂਦੀ। ਰਾਤ ਦੀ ਬਾਣੀ ਸੋਹਿਲਾ ਦਾ ਪਾਠ ਇਕੱਲੇ ਸਿੱਖ ਆਪਣੇ ਸਿੰਘਾਸਣ ਉੱਤੇ ਕਰਦੇ। ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਸਵਰਗਵਾਸ। ਇਸ ਵੇਲੇ ਗੁਰੂ ਜੀ ਦੀ ਉਮਰ ਲਗਭਗ 53 ਸਾਲ ਦੀ ਹੋ ਗਈ ਸੀ। ਮਹਾਰਾਜ ਦਾ ਸਾਰਾ ਪਰਿਵਾਰ ਗੁਰਦੇਵ ਦੇ ਪਾਸ ਰਹਿੰਦਾ ਸੀ। ਮਾਤਾ ਪਿਤਾ ਪੁੱਤਰ ਵਾਲਾ ਮੋਹ ਅਸਲੋਂ ਨਹੀਂ ਸਨ ਤਿਆਗ ਸਕੇ, ਪਰ ਉਹਨਾਂ ਦੇ ਮਨ ਵਿੱਚ ਗੁਰਦੇਵ ਵਾਸਤੇ ਸ਼ਰਧਾ ਪੈਦਾ ਹੋ ਗਈ ਸੀ। ਸੰਗਤਾਂ ਵਿੱਚ ਹਜ਼ੂਰ ਦਾ ਸਤਿਕਾਰ ਹੁੰਦਾ ਵੇਖ ਕੇ ਮਾਤਾ ਪਿਤਾ ਸੱਚੇ ਦਿਲੋਂ ਖੁਸ਼ ਸਨ, ਪਰ ਇਹ ਖੁਸ਼ੀ ਉਹਨਾਂ ਨੂੰ ਬਹੁਤਾ ਚਿਰ ਮਾਨਣੀ ਨਾ ਮਿਲੀ। ਇਸੇ ਸਾਲ 1579 ਬਿਕਰਮੀ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੋਵੇਂ ਪਰਲੋਕ ਸਿਧਾਰ ਗਏ। ਮਹਿਤਾ ਕਾਲੂ ਜੀ ਦੀ ਉਮਰ ਉਸ ਸਮੇਂ 82 ਸਾਲ ਦੀ ਸੀ। ਹਜ਼ੂਰ ਨੇ ਆਪਣੇ ਹੱਥੀਂ ਮਾਤਾ ਪਿਤਾ ਦਾ ਅੰਤਮ ਦਾਹ ਸੰਸਕਾਰ ਕੀਤਾ। ਲਗਭਗ 7 ਸਾਲ ਗੁਰਦੇਵ ਕਰਤਾਰਪੁਰ ਤੋਂ ਬਾਹਰ ਨਹੀਂ ਗਏ। ਰੋਜ਼ ਨਵੀਆਂ ਸੰਗਤਾਂ ਦਰਸ਼ਨ ਵਾਸਤੇ ਆਉਂਦੀਆਂ ਤੇ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਕੇ ਪਰਤਦੀਆਂ। ਇੱਕੇ ਥਾਂ ਸੰਗਤ ਵਿੱਚ ਪ੍ਰਚਾਰ ਹੁੰਦਾ ਤੇ ਇੱਕੋ ਪੰਗਤ ਵਿੱਚ ਸਾਂਝਾ ਲੰਗਰ ਵਰਤਦਾ। ਅਚਲ ਫੇਰੀ, ਕੰਨ ਪਾਟੇ ਜੋਗੀਆਂ ਦਾ ਅੱਡਾ ਅਚਲ ਕਰਤਾਰਪੁਰ ਤੋਂ ਬਹੁਤੀ ਦੂਰ ਨਹੀਂ ਸੀ।
ਜੋਗੀ ਇਸ ਨਵੇਂ ਉੱਭਰ ਰਹੇ ਮਤ ਤੋਂ ਖੁਣ ਸਿਖਾਉਂਦੇ ਸਨ। ਗੁਰਦੇਵ ਨੇ ਇੱਕ ਦਿਨ ਆਪ ਉਹਨਾਂ ਕੋਲ ਪਹੁੰਚਣ ਦਾ ਮਨ ਬਣਾ ਲਿਆ। ਅਚਲ ਬਟਾਲੇ ਤੋਂ ਕੇਵਲ 2 ਮੀਲ ਦੂਰ ਹੈ। ਅਚਲ ਵਿੱਚ ਸ਼ਿਵਾ ਦਾ ਪੁਰਾਣਾ ਮੰਦਿਰ ਹੈ, ਜਿੱਥੇ ਫੱਗਣ ਵਧੀ 14 ਨੂੰ ਹਰ ਸਾਲ ਬੜਾ ਭਾਰੀ ਮੇਲਾ ਲੱਗਦਾ ਹੈ। 1586 ਬਿਕਰਮੀ ਦੇ ਮੇਲੇ ਤੇ ਗੁਰਦੇਵ ਵੀ ਅਚਲ ਜਾ ਪਹੁੰਚੇ। ਦੇਸ਼ ਭਰ ਦੇ ਨਾਮਵਰ ਸਿੱਧ ਜੋਗੀ ਉੱਥੇ ਪਹੁੰਚੇ ਹੋਏ ਸਨ। ਮੇਲੇ ਦੇ ਇੱਕ ਪਾਸੇ ਜਿੱਥੇ ਗੁਰਦੁਆਰਾ ਹੈ, ਗੁਰਦੇਵ ਨੇ ਵੀ ਆਸਣ ਜਮਾ ਦਿੱਤਾ। ਮਰਦਾਨੇ ਨੇ ਰਬਾਬ ਛੇੜਿਆ, ਹਜ਼ੂਰ ਨੇ ਨਾਲ ਰੱਬੀ ਕੀਰਤਨ ਛੋਇਆ, ਸੰਗਤ ਆ ਜੁੜੀ, ਲੱਗੀ ਲਕਸ਼ਮੀ ਬਰਸਣ। ਜੋਗੀਆਂ ਨੂੰ ਛੱਡ ਕੇ ਲੋਕ ਗੁਰੂ ਜੀ ਦੇ ਪਾਸ ਆ ਇਕੱਠੇ ਹੋਏ। ਇਹ ਵੇਖ ਕੇ ਜੋਗੀ ਸੜ ਬਲ ਉੱਠੇ। ਭਾਈ ਗੁਰਦਾਸ ਜੀ ਲਿਖਦੇ ਹਨ, ਮੇਲਾ ਸੁਣ ਸਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਲੱਗੀ ਬਰਸਣ ਲਛਮੀ ਰਿੱਧ ਸਿੱਧ ਨੌ ਨਿੱਧ ਸਵਾਈ। ਜੋਗੀ ਦੇਖ ਚਲਿੱਤਰ ਨੋ, ਮਨ ਵਿੱਚ ਰਿਸਕ ਕਨੇਰੀ ਖਾਈ। ਜੋਗੀਆਂ ਨੇ ਆਪਣੇ ਭਰਮ ਦਾ ਜਾਲ ਟੁੱਟਦਾ ਵੇਖਿਆ ਤਾਂ ਉਹਨਾਂ ਨੂੰ ਅੱਗ ਲੱਗ ਉੱਠੀ। ਬਹੁਤ ਸਾਰੇ ਜੋਗੀ ਰਲ ਕੇ ਗੁਰਦੇਵ ਨਾਲ ਚਰਚਾ ਬਹਿਸ ਕਰਨ ਵਾਸਤੇ ਆ ਗਏ। ਉਹਨਾਂ ਦਾ ਮੁਖੀਆ ਪ੍ਰਸਿੱਧ ਜੋਗੀ ਭੰਗਰ ਨਾਥ ਸੀ। ਉਹਨਾਂ ਸਭ ਤੋਂ ਪਹਿਲਾ ਸਵਾਲ ਇਹ ਉਠਾਇਆ ਕਿ ਗੁਰੂ ਜੀ ਨੇ ਉਦਾਸੀ ਭੇਖ ਉਤਾਰ ਕੇ ਗ੍ਰਿਸਤੀਆਂ ਵਾਲੇ ਬਸਤਰ ਕਿਉਂ ਪਹਿਨ ਲਏ ਹਨ। ਭਾਈ ਗੁਰਦਾਸ ਜੀ ਦੇ ਸ਼ਬਦਾਂ ਅਨੁਸਾਰ, ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ, ਨਾਨਕ ਆਖੇ ਭੰਗਰ ਨਾਥ, ਤੇਰੀ ਮਾਓ ਕੁਚੱਜੀ ਆਹੀ, ਭਾਂਡਾ ਧੋਏ ਨ ਜਾਤੇ ਓਨ, ਪਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਿਸਤ ਤਜ, ਫਿਰ ਉਨਹੂ ਕੇ ਘਰ ਮੰਗਣ ਜਾਈ। ਜੋਗੀ ਭੰਗਰ ਨਾਥ ਜੀ, ਗੁਰਦੇਵ ਨੇ ਉੱਤਰ ਵਿੱਚ ਕਿਹਾ, ਤੁਸੀਂ ਗ੍ਰਿਸਤੀਆਂ ਨੂੰ ਮਾੜੇ ਸਮਝਦੇ ਹੋ, ਕੀ ਤੁਹਾਨੂੰ ਜਨਮ ਦੇਣ ਵਾਲੇ ਗ੍ਰਿਸਤੀ ਨਹੀਂ ਸਨ? ਫਿਰ ਜਿਨ੍ਹਾਂ ਨੂੰ ਨੀਵੇਂ ਸਮਝਦੇ ਹੋ, ਉਹਨਾਂ ਦੇ ਬੂਹਿਆਂ ਤੋਂ ਤੁਸੀਂ ਮੰਗ ਖਾਂਦੇ ਹੋ, ਕੀ ਇਹ ਤੁਹਾਡਾ ਵਡੱਪਣ ਹੈ? ਯਾਦ ਰੱਖੋ, ਉਦਾਸੀਆਂ ਵਾਲਾ ਭੇਖ ਧਾਰਨ ਕਰਨ ਵਾਲਾ ਕੋਈ ਉੱਚਾ ਨਹੀਂ ਹੋ ਜਾਂਦਾ, ਤੇ ਗ੍ਰਿਸਤੀ ਹੋਣ ਕਰਕੇ ਕੋਈ ਨੀਵਾਂ ਨਹੀਂ ਮੰਨਿਆ ਜਾ ਸਕਦਾ। ਆਦਮੀ ਉੱਚਾ ਜਾਂ ਨੀਵਾਂ ਆਪਣੇ ਕੀਤੇ ਕਰਮਾਂ ਅਨੁਸਾਰ ਹੁੰਦਾ ਹੈ। ਜੋਗੀਆਂ ਕੋਲ ਇਸ ਸੱਚਾਈ ਦਾ ਕੋਈ ਉੱਤਰ ਨਹੀਂ ਸੀ। ਅੰਤ ਉਹ ਕਰਾਮਾਤ ਵਿਖਾਉਣ ਉੱਤੇ ਜ਼ੋਰ ਦੇਣ ਲੱਗੇ। ਭਾਈ ਗੁਰਦਾਸ ਨੇ ਇਸ ਦਾ ਖੰਡਨ ਕਰਦਿਆਂ ਕਿਹਾ, ਬਾਬਾ ਬੋਲੇ ਨਾਥ ਜੀ, ਸ਼ਬਦ ਸੁਣੋ ਸੱਚ ਮੁੱਖ ਹੋ ਅਲਾਈ, ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾਹੀ। ਇੱਥੇ ਹੀ ਗੁਰਦੇਵ ਨੇ ਪ੍ਰਸਿੱਧ ਬਾਣੀ ਸਿੱਧ ਗੋਸ਼ਟ ਉਚਾਰੀ। ਗੁਰਦੇਵ ਨੇ ਸੰਸਾਰ ਵਿੱਚ ਜੀਵਨ ਬਿਤਾਉਣ ਦੀ ਜੁਗਤ ਦੱਸਦਿਆਂ ਫਰਮਾਇਆ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ।
ਇੰਨੇ ਤੱਕ ਸਿੱਧਾਂ ਦੇ ਨਸ਼ਾ ਪੀਣ ਦਾ ਸਮਾਂ ਹੋ ਗਿਆ। ਉਹ ਭੰਗ ਪੀਂਦੇ, ਸ਼ਰਾਬ ਪੀਂਦੇ ਤੇ ਲੋਕਾਂ ਨੂੰ ਕਹਿੰਦੇ ਇਹ ਚੀਜ਼ਾਂ ਭਗਤੀ ਕਰਨ ਲਈ ਸਮਾਧੀ ਲਾਉਣ ਵਿੱਚ ਸਹਾਈ ਹੁੰਦੀਆਂ ਹਨ। ਵਰਤਾਵੇ ਵਰਤਾਉਂਦੇ ਗਏ ਅਤੇ ਜੋਗੀ ਗਰਗਟ ਪੀਂਦੇ ਗਏ। ਉਹਨਾਂ ਗੁਰੂ ਜੀ ਨੂੰ ਵੀ ਉਹ ਪਿਆਲਾ ਪੇਸ਼ ਕੀਤਾ। ਗੁਰਦੇਵ ਨੇ ਪੁੱਛਿਆ ਇਹ ਕੀ ਹੈ? ਉੱਤਰ ਮਿਲਿਆ ਸਿੱਧਾਂ ਦਾ ਪਿਆਲਾ, ਗੁੜ ਤੇ ਧਾਵਿਆਂ ਦਾ ਰਸ। ਹੇ ਜੋਗੀ ਜੀ, ਤੁਸੀਂ ਸੁਰਤ ਟਿਕਾਉਣ ਵਾਸਤੇ ਗੁੜ ਤੇ ਧਾਵਿਆਂ ਦੀ ਸ਼ਰਾਬ ਪੀਂਦੇ ਹੋ, ਇਹ ਤਾਂ ਹੋਛੀ ਵਸਤੂ ਹੈ। ਧੰਨ ਹਨ ਜੋ ਨਾਮ ਰੂਪੀ ਅੰਮ੍ਰਿਤ ਪੀਂਦੇ ਹਨ। ਦੱਸੋ ਅੰਮ੍ਰਿਤ ਛੱਡ ਕੇ ਬੁੱਧੀ ਨੂੰ ਭ੍ਰਿਸ਼ਟ ਕਰਨ ਵਾਲੀ ਸ਼ਰਾਬ ਵੱਲ ਕੌਣ ਤੱਕੇ? ਗੁਰਦੇਵ ਨੇ ਸ਼ਬਦ ਉਚਾਰਿਆ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ, ਪੂਰਾ ਸਾਚ ਪਿਆਲਾ ਸਹਿਜੇ, ਤਿਸਹਿ ਪਿਆਏ ਜਾ ਕੋ ਨਦਰ ਕਰੇ, ਅੰਮ੍ਰਿਤ ਕਾ ਵਾਪਾਰੀ ਹੋਵੇ, ਕਿਆ ਮਦ ਛੂਛੈ ਭਾਉ ਧਰੇ। ਹਜ਼ੂਰ ਨੇ ਸਭ ਜੋਗੀਆਂ ਵੱਲ ਤੱਕਦਿਆਂ ਕਿਹਾ ਜੋਗੀ ਜਨੋ, ਅਸਾਂ ਤਾਂ ਇਹ ਪਿਆਲਾ ਪੀਤਾ ਹੈ, ਦੱਸੋ ਇਹ ਅੰਮ੍ਰਿਤ ਛੱਡ ਕੇ ਕੁਰਾਹੇ ਪਾਉਣ ਵਾਲੀ ਸ਼ਰਾਬ ਕੌਣ ਪ੍ਰਵਾਨ ਕਰੇ? ਫਿਰ ਸਿੱਧਾਂ ਨੇ ਗੁਰਦੇਵ ਉੱਤੇ ਕਈ ਪ੍ਰਸ਼ਨ ਕੀਤੇ, ਜਿਵੇਂ ਗ੍ਰਸਤੀ ਕੌਣ ਹੈ, ਉਦਾਸੀ ਕੌਣ ਹੈ, ਬੈਰਾਗੀ ਕੌਣ ਹੈ ਆਦਿ। ਇਹਨਾਂ ਪ੍ਰਸ਼ਨਾਂ ਦੇ ਉੱਤਰ ਗੁਰਦੇਵ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਦਿੱਤੇ, ਜੋ ਰਾਮਕਲੀ ਦੀ ਵਾਰ ਵਿੱਚ ਦਰਜ ਹਨ। ਜੋਗੀ ਹਰ ਤਰ੍ਹਾਂ ਨਿਰੁੱਤਰ ਹੋ ਕੇ ਗੁਰਦੇਵ ਦੇ ਚਰਨਾਂ ਤੇ ਝੁੱਕ ਗਏ, ਸੱਚ ਦਾ ਡੰਕਾ ਵਜਾਉਂਦੇ ਗੁਰਦੇਵ ਵਾਪਸ ਪਰਤੇ।